ਅੰਮ੍ਰਿਤਸਰ ਦੇ ਕਾਠੀਆਂਵਾਲਾ ਬਾਜ਼ਾਰ 'ਚ ਬਣੇ ਇੱਕ ਬੰਦ ਘਰ ਵਿੱਚ ਇੱਕ ਵਿਅਕਤੀ ਦਾ ਲਾਸ਼ ਮਿਲਣ ਕਰਕੇ ਸਨਸਨੀ ਫੈਲ ਗਈ। ਜਿਸ ਘਰ ਵਿੱਚ ਲਾਸ਼ ਮਿਲੀ ਹੈ ਉਹ ਕਾਫੀ ਦਿਨਾਂ ਤੋਂ ਬੰਦ ਸੀ ਅਤੇ ਵਿਅਕਤੀ ਇਸ ਘਰ ਵਿੱਚ ਕਿਵੇਂ ਪਹੁੰਚਿਆ ਇਹ ਪੁਲਿਸ ਲਈ ਇੱਕ ਪਹੇਲੀ ਬਣਿਆ ਹੋਇਆ। ਜੇਸ਼ ਮਹਿੰਦਰੂ ਉਹਨਾਂ ਦਾ ਘਰ ਜਿਹੜਾ ਬੰਦ ਪਿਆ ਸੀ ਉਹ ਕਦੇ ਕਦੇ ਇੱਥੇ ਆਉਂਦੇ ਸੀਗੇ ਔਰ ਥੋੜ੍ਹੀ ਦੇਰ ਲਈ ਘਰ ਨੂੰ ਜਿਹੜਾ ਖੋਲ੍ਹ ਕੇ ਉਹ ਦੇਖ ਕੇ ਚਲੇ ਜਾਂਦੇ ਸੀਗੇ। ਆਪ ਉਹ ਬਾਹਰ ਰਹਿੰਦੇ ਸੀਗੇ, ਉਹ ਟਿਊਜ਼ਡੇ ਹਰਿਦੁਆਰ ਗਏ ਆ ਆਪਣਾ ਘਰ ਖੋਲ੍ਹ ਕੇ ਦੇਖ ਕੇ ਗਏ, ਉਸ ਤੋਂ ਬਾਅਦ ਇੱਥੇ ਆਇਆ ਨਹੀਂ, ਬੰਦ ਪਿਆ ਹੋਇਆ ਸੀ ਘਰ। ਇਹਦੇ ਵਿੱਚ ਅੱਜ ਇੱਕ ਵਿਸ਼ਾਨ ਨਾਂ ਦੇ ਵਿਅਕਤੀ ਦੀ ਜਿਹੜੀ ਜਿਹਨੇ ਕਿ ਫਾਹਾ ਲਿਆ ਹੋਇਆ ਸੀਗਾ ਉਹਦੀ ਡੈੱਡ ਬੋਡੀ ਮਿਲੀ। ਔਰ ਆਮ ਜਿਹੜੇ ਆਂਢੀ ਗੁਆਂਢੀ ਉਹਨਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਉੱਥੇ ਜਿਹੜਾ ਧੂੰਆਂ ਨਿਕਲ ਰਿਹਾ ਸੀਗਾ ਅਤੇ ਜਦੋਂ ਪੁਲਿਸ ਨੇ ਆ ਕੇ ਦੇਖਿਆ ਤਾਂ ਡੈੱਡ ਬੋ ਇਹ ਜਿਹੜਾ ਵਿਅਕਤੀ ਵਿਸ਼ਾਲ ਹੈ ਇਹਦੀ ਜਿਹੜੀ ਲਾਸ਼ ਆ ਪੱਖੇ ਦੇ ਨਾਲ ਲਟਕ ਰਹੀ ਸੀਗੀ ਔਰ ਜਿਹੜੀ ਉੱਥੇ ਇਹਦਾ ਬੈੱਡ ਆ ਉਹਨੂੰ ਜਿਹੜਾ ਇੱਕ ਹਿੱਸੇ ਨੂੰ ਅੱਗ ਜਿਹੜੀ ਲੱਗੀ ਹੋਈ ਸੀਗੀ। ਇਹਦੀ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜਿਹੜੇ ਸਾਡੇ ADCP ਸਿਟੀ 1 ਹੈਗੇ ਆ ਉਹ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਅਸੀਂ ਹੁਣ ਫਿਲਹਾਲ ਜਿਹੜਾ ਡੈੱਡ ਬੋਡੀ ਦਾ ਪੋਸਟਮਾਰਟਮ ਕਰਵਾ ਰਹੇ ਹਾਂ ਔਰ ਇਸ ਬੰਦਾ ਜਿਹੜਾ ਡੈੱਡ ਬੋਡੀ ਮਿਲੀ ਆ ਇਹਦੇ ਵਾਰਸਾਂ ਨਾਲ ਅਸੀਂ ਸੰਪਰਕ ਕਰਦੇ ਹਾਂ, ਇਸ ਤੋਂ ਬਾਅਦ ਜੋ ਵੀ ਤਫਤੀਸ਼ ਜਾਰੀ ਆ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।